ਸਤਿ ਸ਼੍ਰੀ ਅਕਾਲ ਵੀ ਸਾਰੇ ਵੀਰ ਭਰਾਵਾਂ ਨੂੰ, ਕਿਵੇਂ ਕਹਿਵੋ ਸਾਰੇ। ਬਲੌਗ ਦੀ ਕਰਤੀ ਸਟਾਰਟਿੰਗ ਅਤੇ ਭਾਊ ਸਿੰਘ ਬੁਲਾ ਰਿਹਾ ਪਾਣੀ। ਹਾਂ ਵਾਸੀਆਂ ਕਦੇ ਲੈਂਦਾ ਹੁਣ ਪੈ ਜੀ ਜਾ ਕੇ, ਹੁਣ ਤਾਂ ਕੋਈ ਕੰਮ ਨਹੀਂ ਹੈ। ਹਰਾ ਹਰਾ ਬੜਾ ਲਈ ਕਿਸੇ ਦੇ ਦਾਣੇ ਤਾਂ ਪਏ ਨੇ ਬਾਈ ਹੁਣ ਜੋਗੇ, ਫਿਰ ਆ ਕੇ ਪਾਵਾਂਗੇ। ਕਿਉਂਕਿ ਪਹਿਲਾਂ ਧੋਣੀ ਹੈ ਗੱਡੀ, ਗੱਡੀ ਧੋਣ ਤੋਂ ਬਾਅਦ ਜੱਸੂ ਉਹਨਾਂ ਨੂੰ ਦਵਾ ਕੇ ਲਿਆਉਣੀ ਹੈ ਕਿਤਾਬਾਂ, ਇਹਨਾਂ ਦੇ ਸਕੂਲ ਲੱਗਣ ਲੱਗ ਗਏ ਅਤੇ ਵਰਦੀ ਵੁਰਦੀ ਖਵਾਉਣ ਹੋ ਜਾਣਾ, ਠੀਕ ਆ। ਅਤੇ ਪਹਿਲਾਂ ਪਾਣੀ ਚੈੱਕ ਕਰ ਲਈਏ, ਹੈਗਾ ਵੈਸੇ ਪਾਇਆ ਤਾਂ ਸ਼ਾਮ ਜੀ ਨੂੰ ਇਹਦਾ, ਹੈਗਾ 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 ਹੈਗਾ, ਅਤੇ ਥੋੜ੍ਹੇ ਪਾ ਹੀ ਦਿੰਦੇ ਹਾਂ ਤਾਜ਼ਾ ਪਾਣੀ। ਰੁਕ ਜਾਓ ਇੱਕ ਮਿੰਟ, ਮੈਂ ਪਾਣੀ ਪਾਉਣਾ ਇਹ 'ਚ ਧੋ ਕੇ। ਪਾਣੀ ਪਾ ਤਾ ਬਾਈ, ਐਨ ਤਾਜ਼ਾ ਕਬੂਤਰਾਂ ਨੂੰ, ਸਰੋਂ ਅਤੇ ਕਣਕ ਪਾ ਤੀ, ਹੁਣ ਆਪਾਂ ਖੋਲ ਦਈਏ ਇਹਨਾਂ ਨੂੰ। ਉਹ ਰਾਤ ਦਾ ਇੱਕਣੇ ਦਾ ਲੈ, ਮੈਂ ਸੋਚੀ ਗਿਆ ਵੀ ਲੱਗਿਆ ਹੋਇਆ ਗੁੰਡਾ। ਇੱਕ ਮਿੰਟ ਬਾਈ, ਮੈਂ ਉਹ ਤੀਜਾ ਬਚਾ ਵੀ ਉੱਥੇ ਆ ਕੇ ਵੜ ਗਏ ਨੇ, ਹੁਣ ਗੰਦ ਪਾਉਣਾ ਸਾਲੇ ਨੇ। ਇੱਕਣੇ ਅੱਗੇ ਬਚੇ, ਇਹ ਖਰਾਬ ਹੋਏ ਨੇ, ਬਾਕੀ ਸਾਰੇ ਓਕੇ ਨੇ। ਇੱਧਰ ਵੀ ਠੀਕ ਆ, ਉਹ ਵੀ ਠੀਕ ਆ, ਉਹਨਾਂ ਦਾ ਵੀ ਠੀਕ ਆ, ਉਹਦਾ ਨੀਲੀ ਦਾ ਵੀ ਠੀਕ ਆ। ਅਤੇ ਗੁਰੀ ਉਹ ਜਿਹੜਾ ਛੋਟਾ ਜਿਹਾ ਨਹੀਂ ਬੱਚਾ ਬੈਠਾ, ਉਹ ਛੋਟਾ ਜਿਹਾ ਦੋ ਬੜਿਆਂ ਕੋਲ, ਉਹ ਵਿਚਾਲੇ ਖਾਨੇ 'ਚ ਛੱਡ ਦੇ, ਠੀਕ ਹੈ। ਚਲੋ ਬਾਈ ਕਬੂਤਰ, ਹਾਂ ਹਾਂ ਉਹ ਬੈਠਾ ਜਾ ਕੇ ਨਾ, ਐਵੇਂ ਮਰਦੇ ਨੇ ਬਾਈ ਬੱਚੇ। ਉਹ 'ਚ ਛੱਡਣਾ ਵਿਚਾਲ ਲਈ, ਹਾਂ ਵਿਚਾਲ ਲਈ, ਉਹ ਦੇਖ ਖੜ ਜਾਓ ਸਾਲਿਓ, ਕਿਹਦਾ ਗਾਹ ਪਾ ਦਿੰਦੇ ਆ ਕਬੂਤਰ ਜਦੇ। ਬਸ ਠੀਕ ਆ, ਓਕੇ ਰਿਪੋਰਟ ਆ ਜਾ, ਆ ਜਾ ਆ ਜਾ ਆ ਜਾ। ਚਲੋ ਬਾਈ ਨਿਕਲੇ ਕਬੂਤਰ ਸਾਰੇ ਬਾਹਰ, ਅਤੇ ਚੁਗਣਗੇ ਦਾਣੇ ਦੂਣੇ। ਐਤਕੀ ਆਹ ਸ਼ਾਖਾ ਵੀ ਨਹੀਂ ਡਾਉਣਾ ਆਪਾਂ ਨੇ, ਇਹ ਬੱਚਿਆਂ ਨੂੰ ਲਾ ਲਿਆ ਆਪਾਂ ਨੇ, ਬਾਹਲਾ ਉੜਿਆ ਪਿਛਲੀ ਵਾਰੀ ਦੇਖੋ, ਹਨੇਰੀ ਪੱਟ ਹਨੇਰੀ। ਅਤੇ ਚਲੋ ਕੋਈ ਨਹੀਂ, ਚੁਗਣ ਦਿਓ ਇੰਨੇ ਇਹਨਾਂ ਨੂੰ, ਅਤੇ ਆਪਾਂ ਚਲੋ ਚੱਲੀਏ ਗੱਡੀ ਗੁੱਡੀ ਧੋਈਏ, ਉਹਦੇ ਬਾਅਦ ਚੱਲੀਏ ਖਮਾਣਾ। ਹੁਣ ਮਾਰਦੇ ਹਾਂ ਬਾਈ ਗੱਡੀ ਨੂੰ ਪਾਣੀ, ਠੀਕ ਹੈ, ਫਿਰ ਚੱਲਦੇ ਹਾਂ ਖਮਾਣੋ ਜੱਸੂ ਉਹਨਾਂ ਨੂੰ ਕਿਤਾਬਾਂ ਲਵਾਉਣ। ਗੱਡੀ ਦੀ ਹਾਲਤ ਦੇਖ ਲਓ ਕਿਵੇਂ, ਮਿੱਟੀ ਗਰਦ ਪਈ ਹੋਈ ਹੈ, ਕਿਉਂਕਿ ਇਹਨੂੰ ਚਲਾਉਂਦੇ ਨਹੀਂ ਹੁਣ, ਇੰਨਾ ਆਉਡੀ ਹੋ ਜਲਦੀ ਹੈ। ਅਤੇ ਪਾਣੀ ਪੂਣੀ ਮਾਰ ਕੇ ਲੈ ਕੇ ਚੱਲਦੇ ਹਾਂ ਆਪਾਂ, ਠੀਕ ਹੈ। ਦੇਖੋ ਫਿਰ ਪੈਪ ਪੂਪ ਲਾ ਲਿਆ, ਉੱਧਰ ਕਰਤਾ ਓਕੇ ਰਿਪੋਰਟ, ਚਲਾਉਂਦੇ ਹਾਂ ਹੁਣ ਇਹਨੂੰ। ਇੱਕ ਮਿੰਟ ਦੇਖੀਏ ਪਹਿਲਾਂ ਟੈਸਟ ਕਰਕੇ ਵੀ ਆਉਣ ਲੱਗ ਗਿਆ ਪਾਣੀ ਕਿ ਨਹੀਂ। ਨਹੀਂ ਹਾਲੇ ਹਵਾ ਜੀ ਬਣੀ ਹੋਈ ਹੈ, ਕੋਈ ਨਹੀਂ ਚੱਲ ਪੂਗਾ, ਇਹ ਚੱਲ ਪਿਆ ਲੱਗਦਾ। ਦੇਖੋ ਫਿਰ ਚਲੋ ਧੋ ਲਈਏ, ਉਹਦੇ ਬਾਅਦ ਦਿਖਾਉਣਾ ਤੁਹਾਨੂੰ। ਧੋ ਹੋ ਗਈ ਬਈ ਗੱਡੀ, ਬਾਹਲੀ ਗੰਦੀ ਹੋਈ ਹੋਈ ਤੀ ਅਤੇ ਗਰਦ ਮਿੱਟੀ ਬਹੁਤ ਹੀ, ਦੇਖੋ ਹੁਣ ਓਕੇ ਰਿਪੋਰਟ। ਅਤੇ ਚਲੋ ਫਿਰ ਹੁਣ ਚੱਲਦੇ ਹਾਂ ਆਪਾਂ ਖਮਾਣੋ ਨੂੰ, ਇਹਨਾਂ ਨੂੰ ਦਵਾ ਲਈਏ ਕਿਤਾਬਾਂ ਕਤੂਬਾਂ ਕੱਪੜੇ। ਚੱਲੇ ਬਾਈ ਆਪਾਂ ਖਮਾਣੋ ਨੂੰ, ਆ ਜੱਸਾ ਆਪਣਾ ਬਲੌਗ ਬਣਾਉਂਦਾ ਫਿਰਦਾ, ਚਲੋ ਮਿਲਦੇ ਹਾਂ ਖਮਾਣੋ ਜਾ ਕੇ। ਕਿਤਾਬਾਂ ਕਤੂਬਾਂ ਲੈ ਲਈਆਂ ਬਾਈ ਜੱਸੇ ਉਹਨਾਂ ਨੇ, ਜੱਸਾ ਸਿੰਘ ਉਹ ਫਰੂਟ ਲੈ ਰਿਹਾ, ਕਹਿੰਦਾ ਜਮਾਂ ਹੀ ਨਹੀਂ ਮੈਂ ਉਹ ਕਰਦਾ, ਸਿਹਤ ਬਣਾਉਣੀ ਆ ਪੂਰੀ ਮੈਂ। ਅੱਜ ਮੇਲਾ ਵੀ ਆ ਰਿਹਾ ਖਮਾਣੋ ਦਾ, ਲਓ ਵੀ ਫਰੂਟ ਵੀ ਲੈ ਲਏ, ਕਿੰਨੂ ਲੈ ਲਏ ਅਤੇ ਸੇਬ ਲੈ ਲਏ, ਪਪੀਤਾ ਲੈ ਲਿਆ ਅਤੇ ਕੇਲੇ ਦਰਜਨ, ਹੈ ਹਾਂ ਖਜੂਰਾਂ,
ਸਿਹਤ ਦਾ ਪੂਰਾ ਧਿਆਨ ਰੱਖਿਆ ਜਾਊਗਾ। ਹਾਂ ਹਾਲੇ 10 ਰੁਪਏ ਬਾਈ ਖੁੱਲੇ ਨੀ ਹੈਗੇ, ਜੱਸੂ ਉਹਨਾਂ ਨੂੰ ਵਰਦੀ ਵੀ ਦਵਾ ਦਈਏ ਗਰਗ ਲਹਿੰਗਾ ਹਾਊਸ। ਲਹਿੰਗਾ ਲੈਣਾ ਜੱਸੇ ਹੈ ਲੈ ਲਾ, ਸਾਡਾ ਕੰਮ ਆਊਗਾ ਤੇ ਚਲੋ ਇਹਨਾਂ ਨੂੰ ਦਵਾ ਦਈਏ ਸਮਾਨ ਬਾਈ। ਪਹੁੰਚ ਗਏ ਬਾਈ ਘਰੇ, ਗੱਡੀ ਖੜਾ ਦੀ ਬਾਹਰੇ, ਆਪਾਂ ਚੱਲਦੇ ਹਾਂ ਆਰ ਆਈ ਆਰ ਚੂਚੇ ਲੈਣ ਅੱਜ, ਠੀਕ ਹੈ। ਮਾੜੇ ਰੋਟੀ ਪਾਣੀ ਖਾ ਲਈਏ, ਚੱਲਦੇ ਹਾਂ। ਆ ਜਾ ਕੱਢ ਲਾ ਸਮਾਨ, ਹਾਂ ਆ ਫਰੂਟ, ਮੇਰੀ ਮੇਰੀ ਸਿਹਤ, ਮੇਰੀ ਸਿਹਤ ਅੰਦਰ ਰੱਖ ਦੇ। ਜਾ ਰਹੇ ਹਾਂ ਬਈ, ਪਹੁੰਚਣ ਵਾਲੀ ਹੈ ਬਸ, ਦਿਖਾਉਂਦੇ ਚੂਚੇ ਤੁਹਾਨੂੰ ਜਾ ਕੇ ਕਿੱਧਰ ਹੁੰਦਾ ਸਾਲਾ। ਸਿੱਧਾ ਹੀ ਪਹੁੰਚ ਗਏ ਬਾਈ ਫਾਰਮ 'ਚ, ਬੱਕਰੀਆਂ ਆ ਬੱਤਕਾਂ ਫਿਰਦੀਆਂ, ਪਰ ਜੇ ਸਾਨੂੰ ਮਿਲ ਜਾਣ ਤਾਂ ਆਏ ਹੈ। ਉਹ ਕਹਿ ਰਿਹਾ ਉਡਾ ਕਬੂਤਰ ਫਿਰਦੇ ਨੇ, ਆਪਾਂ ਲੈਣੇ ਚੂਚੇ, ਚੂਚੇ ਦੇਖੀਏ। ਪਹੁੰਚ ਗਏ ਬਾਈ, ਫਿਰਦੇ ਹਾਂ ਚੂਚੇ ਫੜਦੇ ਹਾਂ, ਕੋਈ ਨਹੀਂ ਇਹਨਾਂ ਨੂੰ। ਚੂਚੇ ਲੈ ਕੇ ਬਾਈ ਆ ਗਏ ਉੱਚੇ ਪਿੰਡ, ਛੇਕ ਪੀਣ ਲੱਗਿਆ। ਦਿਖਾਓ ਡੱਬਾ ਚੂਚਿਆਂ ਵਾਲਾ, ਉਹ ਸੜੇ ਆਹੀ ਚੱਕ ਕੇ ਦਿਖਾ ਦੇ, ਫੋਨ ਏ ਫੋਨ ਏ ਬਸ ਇੱਥੋਂ ਹੀ ਦਿਖਾ ਦੇ, ਠੀਕ ਆ ਵੀ ਦੇਖ ਲਓ ਘਰ ਜਾ ਕੇ ਦਿਖਾਉਣੇ ਆ ਬਾਕੀ। ਪਹੁੰਚ ਗਏ ਜੀ ਘਰੇ, ਜੱਸੂ ਹੋਣੀ ਥੋੜ੍ਹਾ ਜਿਹਾ ਸਮਾਨ ਲੈਣ ਲੱਗ ਗਏ ਖਮਾਣ, ਉਹ ਅਤੇ ਉਹਨੇ ਸਕੂਲ ਜਾਣਾ ਤਾਂ ਕਰਨ ਨਾਲ ਆਊਗਾ ਮੋਟਰਸਾਈਕਲ 'ਤੇ, ਉਹਦੇ ਅੱਜ ਦੇ ਚੂਚੇ ਦਿਖਾਉਣੇ ਆ, ਠੀਕ ਆ। ਹੁਣ ਜਾ ਕੇ ਰੈਸਟ ਕਰੀਏ ਮਾੜੀ ਮੋਟੀ, ਅਤੇ ਚਲੋ ਚੱਲਦੇ ਹਾਂ ਬਸ, ਹੁਣ ਗੱਡੀ ਕਢਾਈਏ। ਲਓ ਵੀ ਪੇਟੀ ਤਿਆਰ ਕਰਨ ਲੱਗਿਆ ਕਰਨ ਨੂੰ, ਆਹ ਦੇ ਦਈਏ ਸੰਧਾਰਾ ਇਹਨੂੰ, ਠੀਕ ਆ ਅੱਧਾ, ਅਤੇ ਅੱਧੇ ਚੂਚੇ ਇਹਦੇ ਅੱਧੇ ਸਾਡੇ, ਠੀਕ ਆ ਕਰਨ। ਚਲੋ ਬਾਈ ਇਹਦੀ ਪੇਟੀ ਕਰ ਦਈਏ ਹਵਾਦਾਰ, ਬਣਾ ਦਈਏ, ਫਿਰ ਉਹਨੂੰ ਚੂਚੇ ਦਿਖਾਉਂਦੇ ਆ। ਚੱਕਣ ਲੱਗਿਆ ਬਈ, ਘੁੰਡ ਚਕਾਈ ਕਰਨ ਲੱਗਿਆ ਬੱਚਿਆਂ ਦੀ, ਆ ਪਾ ਵੀਰੇ ਚਿਤਲਾ ਜਾ ਇੱਕ ਵਾਰ ਕਰ 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 ਬਈ, ਜਦੋਂ ਇਹ ਨਹੀਂ ਦੇਣੇ ਹੈਗੇ ਵੀਰੇ, ਦੋ ਦੋ ਆ ਪਾ ਦੇ। ਆਹ ਹਾ ਹਾ, ਬਾਊ ਆ ਜਿਹੜੇ ਆ ਇਹ ਦੇਣੇ, ਇਹ ਦੇ ਆ ਨਹੀਂ ਦੇਣੇ ਹੈਗੇ, ਠੀਕ ਹੈ। ਇਹ ਦੋ ਦੇ ਦੇਣੇ ਜਿਸ ਨੂੰ ਪੁੰਛਾਂ ਵਾਲੇ, ਬਪੂਛਾਂ ਦੇ ਦੇ ਦੋ, ਦੋ ਦੇ ਮੁਰਗੇ ਹੋਣਗੇ, ਕੋਈ ਨਾ ਦੇ ਦੇ ਇੱਕ ਅੱਧਾ ਹੋਰ ਦੇ ਦੇ, ਮਤਲਬ ਛੇ ਹੋਣਗੇ, ਛੇ ਉਹ ਵੀ ਦੇ ਦੇ ਪੁੰਛਾਂ ਵਾਲਾ ਦੇ ਦੇ ਇੱਕ ਯਾਰ, ਆ ਲੈ ਦੇ ਆ ਲੈ ਦੇ, ਠੀਕ ਆ ਵੀ ਓਕੇ। ਚਲੋ ਇਹਨੂੰ ਹੁਣ ਛੱਡੋ ਕਿਤੇ, ਐਂ ਕਰੋ ਜੱਸੇ ਇਹਨੂੰ ਹਲੇ ਉਹ ਮੂਹਰੇ ਜਾਲ 'ਚ ਛੱਡ ਲਾ ਕਬੂਤਰਾਂ 'ਚ, ਠੀਕ ਹੈ। ਚੱਲ ਭਾਊ ਲੈ ਚੱਲ, ਠੀਕ ਹੈ। ਲੜਾਈਆਂ ਨੂੰ ਨਾ ਹੋਰ ਹੋਣਗੇ, ਚੱਕ ਲਿਆ ਬਾਈ, ਛੱਡਦੇ ਹਾਂ ਬਾਈ ਇਹਨਾਂ ਨੂੰ ਕਬੂਤਰਾਂ ਵਾਲੇ ਜਾਲ 'ਚ ਹਲੇ, ਫਿਰ ਭਾਊ ਡੋਲੀ ਕੱਢ ਲਈ ਵੀਰੇ, ਠੀਕ ਆ।
ਹਾਂ ਮੈਂ ਕਹਿੰਦਾ ਡੋਲੀ ਜੇ ਬੰਦ ਕਰ ਲਾ ਯਾਰ ਹਨਾ, ਡੋਲੀ ਚ ਕਰਦੇ ਆ, ਖੁੱਲੇ ਛੱਡ ਲਿਆ ਕਰਾਂਗੇ। ਉਹ ਇਹਨਾਂ ਦਾ ਤਾਂ ਬੜੇ ਹੋਇਆਂ ਦੇ ਪਤਾ ਲੱਗੂ ਮੁੱਗਾ ਕਿ ਮੁੱਗੀ ਚੱਲ ਇੱਧਰ ਛੱਡ ਪਾਊ, ਇਹ ਛੱਡ ਲਓ ਸਮਾਨ ਕੱਢ ਲਾ ਇਸੇ ਇਹਦਾ ਡੋਲੀ ਦਾ, ਜਾਂ ਬੜੀ ਡੋਲੀ ਕੱਢ ਲਓ ਅੰਦਰੋਂ ਹੈਂ, ਭੱਜ ਗਿਆ ਕੋਈ ਨਾ ਕੋਈ ਨਾ, ਬਾਅਦ 'ਚੋਂ ਛੱਡਣੀ ਹੈ। ਕਰ ਲਈਏ ਬਾਈ ਡੋਲੀ ਦੀ ਸੈਟਿੰਗ ਇਹਨਾਂ ਨੂੰ। ਕਬੂਤਰ ਹੋ ਗਏ ਮਿੱਤਰੋ ਸਾਰੇ ਹੀ ਕੈਂਪ, ਅਤੇ ਇੱਕ ਬੱਚੇ ਨੇ ਬਹੁਤ ਗੰਦ ਪਾਇਆ ਜਿਹੜਾ ਇੱਧਰੋਂ ਉੱਧਰ ਇੱਧਰੋਂ ਉੱਧਰ, ਉਹਨੂੰ ਪਾਣੀ ਦੇ ਕੇ ਹਟੇ ਹਾਂ। ਚੂਚੇ ਉਹ ਬੈਠੇ ਨੇ, ਉਹਨਾਂ ਦੀ ਕਰਦੇ ਹਾਂ ਸੈਟਿੰਗ, ਡੋਲੀ ਕੱਢਣ ਲੱਗੇ ਹੋਏ ਹਾਂ ਇੱਧਰੋਂ, ਕਿਉਂਕਿ ਬਾਈ ਪਿੰਜਰਾ ਤਾਂ ਵੱਡਾ ਵੀ ਪਿਆ, ਇਹਦੇ ਬਿੱਲੀ ਨੇ ਮੂੰਹ ਪਾ ਲੈਣਾ। ਨਹੀਂ ਕੋਈ ਚੱਕਰ ਨਹੀਂ, ਤਾਂ ਜਾਲੀ ਦੀ ਕਰਾਂਗੇ ਸੈਟਿੰਗ, ਅਤੇ ਹਲੇ ਉਹ ਕੱਢ ਲੈਂਦੇ ਹਾਂ ਠੀਕ ਹੈ। ਅਤੇ ਚੂਚੇ ਕਦੇ ਬਾਹਰ ਨਿਕਲ ਜਾਂਦੇ ਆ, ਕਦੇ ਵਿੱਚ ਵੜ ਜਾਂਦੇ ਆ, ਕੋਈ ਚੱਕਰ ਨਹੀਂ। ਓਕੇ ਰਿਪੋਰਟਾਂ ਨੇ, ਚੂਚੇ ਸਾਰੇ ਹੀ ਕਾਇਮ ਨੇ, ਸਾਰੇ ਹੀ ਰੰਗ ਬੜਾ ਸੋਹਣਾ ਲੱਗਿਆ ਇਹਨਾਂ ਦਾ ਮੈਨੂੰ। ਬਾਕੀ ਹੁਣ ਬੜੇ ਹੋਇਆਂ 'ਤੇ ਪਤਾ ਲੱਗੂ ਬਾਈ, ਊਂ ਤਾਂ ਹੈ ਤਾਂ ਪਿਓਰ ਆਰ ਆਈ ਆਰ, ਪਰ ਬੜੇ ਹੋਇਆਂ 'ਤੇ ਐਂ ਪਤਾ ਲੱਗੂ ਕਿੰਨੀਆਂ ਮੁਰਗੀਆਂ ਅਤੇ ਕਿੰਨੇ ਮੁਰਗੇ, ਹਾਲੇ ਤੱਕ ਕੁਛ ਨਹੀਂ ਪਤਾ। ਅਤੇ ਡੱਬਾ ਬੈਠਾ ਆਪਣੀ ਗੁਲਾਬੀ ਕਬੂਤਰੀ ਦੇ ਨਾਲ, ਮੈਂ ਕਹਿੰਦਾ ਬਹਿ ਜਾ ਕਰਾਈ ਪਈ ਹੈ, ਹਾਏ ਬਾਲੀ ਘੈਂਟ ਲੱਗਦੇ ਆ। ਕਿਆ ਹੋ ਗਿਆ, ਦੰਦ ਕੱਢਦਾ ਹੈ, ਆਹ ਤਾਂ ਦਾਜ ਵਾਲੀ ਡੋਲੀ ਵਾਂਗੂ ਹੀ ਚੱਕੀ ਆਉਂਦੇ ਆ ਓਏ। ਉਹ ਉੱਥੇ ਲਾ ਦੇ ਗੇਟ ਕੋਲ, ਗੇਟ ਕੋਲ ਲਾ ਦੇ, ਹੈਂਡ ਟੇਮ ਕਰਦਾ ਜੱਸਾ ਇਹਨੂੰ। ਹਾਂ ਚਿੱਟੀਆਂ ਅੱਖਾਂ ਦਾ, ਉਹ ਸਾਲੇ ਦੀ ਅੱਖ ਜੀ ਬੰਦ ਹੈ ਇਹਦੀ। ਆ ਦੇ ਖੋਲ 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 ਖੋਲ, ਹੈਗੀ ਨਹੀਂ ਅੱਖ, ਨਹੀਂ ਹੈਗੀ ਆ, ਹੈਗੀ ਆ, ਹੈਗੀ ਆ, ਘੁੰਮੀ ਜੀ ਹੋਈ ਹੈ, ਕੋਈ ਨਹੀਂ ਆ ਤਾਂ ਇੱਕ ਅੱਧਾ ਹੁੰਦਾ ਹੀ ਵਾਲਾ, ਦਸ ਆ ਨੇ ਦਸ ਉਹ ਨੇ, ਹੋ ਗਈ ਸੈੱਟ, ਨਹੀਂ ਹੋ ਗਈ ਹੋ ਗਈ ਹੋ ਗਈ, ਲੱਗ ਗਈ ਖੁੱਲ੍ਹਣ 'ਚ। ਉੱਥੇ ਯਾਰ ਕਿਹੜਾ ਸੰਭਾਲਤੀ, ਪਾਣੀ ਮਾਰ ਦਾਂਗੇ ਅੱਖਾਂ ਦੇ, ਪਾਣੀ ਮਾਰਾ ਪ੍ਰੈਸ਼ਰ ਪਾਊ ਕਰਕੇ ਲਿਆਈ ਉਹ 'ਚੋਂ, ਜਿਹੜੇ ਸਹੀ ਸਹੀ ਉਹ ਪਾ ਦੇ ਉਹ 'ਚ ਪਹਿਲਾਂ, ਕਰਨ ਇਹ 'ਚ ਪਾ ਦੇ ਬਾਈ, ਇੱਕ ਮਿੰਟ ਥੱਲੋਂ ਟਾਕੀ 'ਚ ਕੱਢ ਹੋਊਗੀ, ਉਹ ਉੱਪਰ ਵਾਲੇ 'ਚ ਪਾਉਣਾ, ਨਾ ਟਾਕੀ ਸਮਾਨ 'ਚ ਕੱਢਦੇ ਥੱਲੋਂ ਜਿਸੇ ਪੈਸਾ ਯਾਰ ਨਾਸ ਮਾਰਦਾ ਚੂਚਿਆਂ ਨੇ ਫੜੇ ਕਿਵੇਂ ਹੋਏ ਆ ਕਰਨ ਦਾ, ਇੱਕ ਮਿੰਟ ਵੀਰੇ ਤੂੰ ਤਾਂ ਜਮਾਂ ਹੀ ਥੱਲੇ ਹੀ ਹੱਟਦੇ ਯਾਰ, ਯਾਰ ਭੱਜਣ ਲੱਗੇ ਠੀਕ ਆ ਨਹੀਂ, ਅੱਖ ਕਰਦੇ ਆ ਲੋਟ ਉਹਦੀ ਅੱਖ ਲੈ ਵੀਰੇ, ਯਾਰ ਆ ਵੀ ਕੱਢ ਹੋਊਗਾ ਨਾ, ਚੱਲ ਪਾਓ ਕਰ ਯਾਰ, ਕੱਢ ਦੇ ਇੱਕ ਨੇ ਹੱਥ ਜੇ ਨਾਲ ਇੱਥੇ, ਚੱਲ ਝਾੜੂ ਚੱਕ ਲਾ, ਆਹ ਤਾਂ ਰਹਿਣ ਦੇ ਪਾਊ, ਉੱਪਰ ਤਾਂ ਕੁਛ ਨਹੀਂ ਰੱਖਣਾ ਆਪਾਂ, ਆਹਾ ਕੱਢ ਦੇ ਉਹ ਰਹਿਣ ਦੇ ਬਸ ਤੂੜੀ ਜੀ ਬਸ ਰਹਿਣ, ਹਾਂ ਹਾਂ ਬਸ ਓਕੇ ਬਸ ਠੀਕ ਆ, ਛੱਡ ਕੇ ਰਾਂ ਅੱਖ ਵਾਲਾ ਦੇਖੋ ਕਿੱਥੇ ਆ, ਅੱਖਾਂ ਤਾਂ ਸਾਰਿਆਂ ਨੇ ਖਰਾਬ, ਅੱਖ ਵਾਲਾ ਗਿਆ, ਉਹ ਬੈਠਾ ਟੇਢਾ ਜਿਹਾ ਸਾਡਾ ਯਾਰ, ਉਹੀ ਆ, ਨਹੀਂ ਨਹੀਂ ਇਹ ਸਹੀ ਆ, ਕੀ ਬੈਠਾ ਸਹੀ ਦੇਖਦੇ ਛੱਡੀ ਚੱਲ ਯਾਰ, ਸਹੀ ਆ, ਇਹਨੂੰ ਪਤਾ ਵੀਰੇ ਨੂੰ ਦੇਖ ਲੈਂਦਾ, ਕੋਈ ਨਾ ਫੜ ਫੜ, ਉਹ ਬੰਦ ਨਹੀਂ ਉੱਥੇ ਕਿਹੋ ਜਿਹੇ ਉਹ ਚ ਤਾਂ ਬੈਠੇ ਨੇ, ਹਾਂ ਮੈਂ ਤਾਂ ਲਾਦਾ ਬੜੀ ਪੀ ਸਾਲਾ, ਨਹੀਂ ਨਹੀਂ ਆਹੀ ਦਾ ਆਹ ਠੀਕ ਦੇ ਬਸ ਦਾ, ਨਹੀਂ ਨਹੀਂ ਹੁੰਦੀ ਆ ਯਾਰ, ਉਹ ਲਾਲ ਕੀ ਆਉਦਾ, ਉਹ ਕੋਈ ਨਾ ਦੇਖ ਲਓ ਇਹ ਚੋਂ, ਸਹੀ ਹੈ ਆਏ ਆਏ ਫਾੜੇ ਨੂੰ ਖੜ ਜਾ ਬਾਈ, ਇਹਦੀ ਅੱਖ 'ਚ ਪਾਣੀ ਜਿਹਾ ਮਾਰਦਾ ਮੈਂ, ਆ ਦੇ ਆ ਆ ਆ ਪਿਆ ਸੀ
ਬਾ ਠੀਕ ਹੈ ਕਾਹਦੇ ਪਿਆ ਹੋਰ ਪਾਣੀ ਆਏ ਚ ਰੱਖਿਆ ਇਹਨੇ ਚਲੋ ਬਈ ਛੱਡਤੇ ਆਪਾਂ ਨੇ ਕਰਨ ਵੀ ਲੈ ਕੇ ਚੱਲਿਆ ਮਿਲਦੇ ਹਾਂ ਫਿਰ ਸ਼ਾਮ ਜੀ ਚੱਕਦੇ ਚੱਕਦੇ ਇੱਕ ਵਜਾ ਦੌੜ ਗਿਆ ਬਾਈ ਜੱਸੇ ਦੇ ਪੰਗੇ ਨੇ ਇਹ ਹੈ ਜੱਸੇ ਛੋਟੀ ਆ ਸਾਡੀ ਆਪਣੀ ਢਾਂਗੀ ਜੀ ਆਹ ਨਾ ਆ ਕੇ ਕਿਆ ਹੋਇਆ ਅੱਛਾ ਚੱਲ ਬਹਿ ਜੂਗਾ ਕੋਈ ਨਾ ਬਹਿ ਜਾਣੇ ਖੁੱਡੇ ਦੀ ਕਰਤੀ ਸਫਾਈ ਅਤੇ ਰੇਤਾ ਪਾ ਲਈਏ ਹੁਣ ਇਹ ਐਨ ਵਧੀਆ ਜਿਹਾ ਆਏ ਨਹੀਂ ਹਾਲੇ ਕਿੱਥੇ ਗਿਆ ਆ ਫਿਰਦਾ ਹਾਲੇ ਵਜਾ ਫਿਰੀ ਜਾਣ ਦੇ ਹਾਲੇ ਥੱਕ ਕੇ ਆਪੇ ਹੈਂ ਸਾਰਾ ਸਾਰਾ ਹਾਂ ਪਾ ਦੇ ਪਰਲੇ ਚੋਂ ਤਾਂ ਆਪਾਂ ਇੱਧਰ ਕਰ ਦੇਣੇ ਸ਼ਿਫਟ ਹੁਣ ਹਾਂਜੀ ਸਰਦਾਰ ਜੀ ਕਿੱਥੇ ਗਿਆ ਐਨ ਵਿਛਾ ਦੇ ਭੋਗ ਇੱਥੇ ਬਿੱਠਾਂ ਜਿਹਾ ਕਰਨੀ ਇਹਨਾਂ ਨੇ ਉੱਪਰੋਂ ਹੈ ਨਾ ਠੰਡਾ ਰੇਤਾ ਉਹੀ ਛਤਰੀ ਭੜਕਾ ਲਾ ਥੋੜ੍ਹੀ ਜੀ ਆ ਗਿਆ ਕਹਿ ਛਤਰੀ ਬੈਠਾ ਇੱਕ ਖੁੱਲ੍ਹ ਗਿਆ ਸਾਡਾ ਚੱਲ ਬੈਠ ਗਿਆ ਲਓ ਵੀ ਆਹ ਖੁੱਡੇ 'ਚ ਕਰਤੇ ਸ਼ਿਫਟ ਕਬੂਤਰ ਹੁਣ ਦੇਖੋ ਤਾਂ ਸਹੀ ਆ ਪ੍ਰੋਜੈਕਟ ਕਰ ਲਾ ਸਾਫ ਜੀ ਕਰ ਲਾ ਤਾਂ ਕਰਤਾ ਵਿਹਲਾ ਆਹ ਵਰਤਮਾਨ ਲਿਆਂਦਾ ਪਾਣੀ ਖਾਤਰ ਨਵਾਂ ਕਰ ਲਿਆ ਹੋਲ ਜੇ ਇਹਨੂੰ ਰੱਖ ਦੇ ਅੰਦਰ ਲਓ ਜੀ ਮਿੱਤਰੋ ਦਾਣੇ ਵੀ ਲਿਆਂਦੇ ਥੱਲੇ ਉਹ ਦੋ ਬੱਚੇ ਵੀ ਉੜ ਲਏ ਅਤੇ ਛਤਰੀ ਦੇ ਆ ਗਏ ਜਿਹੜਾ ਆਪਣਾ ਸਪੇਅਰ ਆ ਉਹ ਬੈਠਾ ਬਾਜੀ ਜਿੱਤ ਗਿਆ ਉਹ ਦੇਖੋ ਦੋ ਡਿਸ਼ਾਂ ਦੇ ਵਿਚਾਲੇ ਨਵਾਂ ਵਰਤਮਾਨ ਅਤੇ ਨਵਾਂ ਖੁੱਡਾ ਐਨ ਆ ਖੂੰਜੇ 'ਚ ਰੱਖਦੇ ਹਾਂ ਜਗ੍ਹਾ ਜੀ ਬਣਾ ਕੇ ਉਰੇ ਠੀਕ ਹੈ ਕਬੂਤਰ ਹੋਏ ਪਏ ਨੇ ਖੁਸ਼ ਪੂਰੇ ਜੱਸੇ ਉਹ ਬੱਚਿਆਂ ਨੂੰ ਵੀ ਤਾਰ ਲਾ ਨਾ ਚੱਲੀਏ ਫਿਰ ਗਰਾਊਂਡ 'ਚ ਜਾਣਾ ਤੂੰ ਘੋੜੀ ਘੁਮਾ ਲਈ ਮੈਂ ਗਰਾਊਂਡ 'ਚ ਜਾਇਓ ਆਹ ਵੈਰੀ ਗੁੱਡ ਹੋ ਜਾਓ ਰੈਡੀ ਪੰਜ ਸੱਤ ਦਿਨ 'ਚ ਤਿਆਰੀ ਉੜਨੇ ਦੀ ਲਓ ਬਾਈ ਇਹਨਾਂ ਨੂੰ ਕਰਦਾ ਜੱਸਾ ਬੰਦ ਹਾਂ ਨਹੀਂ ਨਹੀਂ ਇੱਕ ਨਹੀਂ ਆਉਂਦੇ ਚਲੋ ਵੀ ਚਲੋ ਉਹ ਤੇਰੀ ਆ ਗਏ ਆ ਗਏ ਆ ਗਏ ਆ ਗਏ ਆ ਗਏ ਹੈ ਛਤਰੀ ਪਿੱਛੇ ਲੈ ਜਾ ਪਿੱਛੇ ਲਿਜਾਈ ਦੀ ਹੁੰਦੀ ਹੈ ਕੋਈ ਨਾ ਕੋਈ ਨਾ ਧਰਤੀ ਨੂੰ ਲਾ ਲਈ ਦੀ ਹੁੰਦੀ ਹੈ ਅੜੀ ਆ ਥੱਲੇ ਵਾਲੀ 'ਤੇ ਬਹਿ ਜਾ ਉੱਪਰ ਵਾਲੀ 'ਤੇ ਹੀ ਜਾਊ ਉਹ ਗੰਦ ਉੱਥੇ ਬੈਠਾ ਉਹ ਥੱਲੇ ਲਾਈ ਦੀ ਹੁੰਦੀ ਹੈ ਛਤਰੀ ਅੜੀ ਧਰਤੀ ਨੂੰ ਮੈਂ ਕਰਾਂ ਅੰਦਰ ਹਾਂ ਹੌਲੀ ਹੌਲੀ ਹਾਂ ਹੌਲੀ ਹੌਲੀ
ਹੌਲੀ ਹੌਲੀ ਹੌਲੀ ਇਹ ਕੋਈ ਨਾ, ਬੈਠਣ ਦੇ ਬੈਠਣ ਦੇ, ਬਸ ਠੀਕ ਹੈ ਠੀਕ ਹੈ, ਜਾਣਗੇ ਜਾਣਗੇ, ਉਹ ਗਿਆ ਇੱਕ ਤਾਂ, ਗਏ 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 ਗਏ, ਚੱਲ ਓਕੇ, ਥੱਲੇ ਪੈਰ ਕਿੱਥੇ ਵੀਰੇ, ਥੱਲੇ ਤਾਂ ਧਰਤੀ ਪੈਰ ਨਾ ਲੱਗਦੇ, ਹਾਂ ਵੀ ਸੈਟਾਂ, ਚਲੋ ਬਾਈ ਨਵਾਂ ਵਰਤਮਾਨ ਧਰ ਦੀ ਇਹਨਾਂ ਨੂੰ, ਓਕੇ ਰਿਪੋਰਟਾਂ ਨੇ, ਲਓ ਮਿੱਤਰੋ ਪਾਣੀ ਰੱਖਦਾ ਹੈ, ਓਕੇ ਰਿਪੋਰਟਾਂ ਨੇ, ਅਤੇ ਕਬੂਤਰ ਛੱਡਤੇ, ਦਾਣੇ ਦੂਣੇ ਪਾ ਤੇ, ਬੱਚੇ ਬੰਦ ਕਰਤੇ, ਹੁਣ ਸਾਡਾ ਕੰਮ ਓਕੇ ਹੈ, ਹੁਣ ਆਪਾਂ ਲਾ ਦਿੰਦੇ ਇਹਨੂੰ ਕੁੰਡਾ ਅਤੇ ਜਿੰਦਾ, ਉਹਦੇ ਬਾਅਦ ਚੱਲਦੇ ਹਾਂ ਥੱਲੇ, ਠੀਕ ਹੈ, ਸਿੱਧਾ ਗਰਾਊਂਡ 'ਚ, ਹਾਲਤ ਬਹੁਤ ਖਰਾਬ ਹੋਈ ਹੋਈ ਹੈ, ਸਿੱਧਾ ਗਰਾਊਂਡ 'ਚ ਮਿਲਦੇ ਹਾਂ ਜਾ ਕੇ, ਗਰਾਊਂਡ 'ਚ ਆਏ ਹੋਏ ਹਾਂ ਬਾਈ, ਅਤੇ ਟੂਲ 'ਤੇ ਬਾਂਦਰ ਬਿਠਾਇਆ ਹੋਇਆ, ਚੰਨ ਚੰਨ ਪਾ ਰਹੇ ਹਾਂ ਖਜੂਰਾਂ 'ਚ ਪਾਣੀ ਅਤੇ ਦਵਾਈ, ਚੰਨੇ ਚਾਚੇ ਨੂੰ ਪੈਨਸ਼ਨ ਲਵਾਉਣੀ ਆ, ਕਿਹੜੀ ਜੂਨੀਅਰ ਵਾਲੀ, ਜੂਨੀਅਰ ਵਾਲੀ ਲਵਾਉਣੀ ਚਾਚੇ ਨੂੰ, ਹੁਣ ਇਹ ਪਤਾ ਨਹੀਂ ਕਿਹੜੇ ਵੱਲੋਂ ਲੱਗਣੀ ਆ, ਛੜਾ ਜੂਨੀਅਰ ਦੀ, ਕਬੂਤਰ ਕਬਾਤਰ ਦੇਖਾਂਗੇ, ਠੀਕ ਹੈ, ਤੇ ਉਂਗਲੀ ਤੇ ਪੱਟੀ ਕਰ ਲਈ, ਚੱਲਦੇ ਹਾਂ ਹੁਣ ਆਪਾਂ, ਪਹੁੰਚ ਗਏ ਬਾਈ ਘਰੇ, ਅਤੇ ਇੱਕ ਵਾਰੀ ਹੁਣ ਕਬੂਤਰਾਂ ਵੱਲ ਗੇੜਾ ਮਾਰ ਲਈਏ, ਵੈਸੇ ਤਾਂ ਸਾਰਾ ਕੁਛ ਪਾਇਆ ਹੋਇਆ ਤਾ, ਅਤੇ ਚੂਚੇ ਚੂਚੇ ਤਾਂ ਸੌਂ ਗਏ, ਹੁਣ ਕਾਹਨੂੰ ਠਾਲਣੇ ਆ, ਅਤੇ ਨੂਰੀ ਆਓ ਖੜੀ ਆ, ਨੂਰੀ ਜਸਿਓ ਵਜ੍ਹਾ ਫਿਰ ਉੱਧਰ ਚਲੇ ਗਿਆ ਯਾਰ, ਕੋਈ ਨਹੀਂ ਉੱਥੇ ਬੈਠਾ ਰਹਿਣ ਦਿਓ, ਹਾਂ ਚੋਗਾ ਵੀ ਦੇਓ, ਤਿੰਨਾਂ ਨੂੰ ਮਿਲਦਾ, ਹਾਂ ਬਸ ਠੀਕ, ਉਹ ਚੱਬਦੀ ਉਤਰੀ ਨਹੀਂ ਅੱਟਦਾ ਤੇ, ਉਹਨੇ ਸੱਲੇ ਧਰ ਲਿਆ ਫਿਰ ਮੋਚ ਤੂੜੀ ਪਾ ਗਿਆ ਤਾਂ ਗੰਦੀ ਵਾਲੀ ਵੀ, ਬਸ ਠੀਕ ਹੈ ਠੀਕ ਹੈ, ਬਾਕੀ ਤਾਂ ਸਾਰੇ ਸੈੱਟ ਨੇ ਹੈ ਨਾ, ਅੱਛਾ ਚਲੋ ਓਕੇ ਆ, ਚੱਲ ਕਰ ਗੇਟ ਬੰਦ, ਆਹ ਬੈਲਟ ਕਾਹਦੀ ਤੋੜਤੀ, ਜੇ ਭਾਊ ਨੇ, ਹਾਂ ਵੀ ਨੂਰੀ ਸੈੱਟ ਹੈ ਸੈੱਟ ਹੈ, ਕੋਈ ਨਹੀਂ ਖੜਾ ਇੱਥੇ ਖੜਾ, ਠੀਕ ਹੈ, ਚਲੋ ਵੀ ਮਿੱਤਰੋ ਬਲੌਗ ਦੀ ਕਰਦੇ ਹਾਂ ਐਂਡਿੰਗ, ਅਤੇ ਮਿਲਾਂਗੇ ਅਗਲੇ ਬਲੌਗ 'ਚ, ਚੈਨਲ ਨੂੰ ਕਰ ਲਓ ਸਬਸਕ੍ਰਾਈਬ, ਮਿਲਦੇ ਹਾਂ ਅਗਲੇ ਬਲੌਗ 'ਚ।